साल तक
रे दस किवें उम्र गुजारा आजम बाग बहिश्त ना बावे मैनू बिन सजना बिन यारा सावन हिजर तेरा जे पानी मंगे ते मैं खूने ना दे गेड़ा दिल चौंदा है तेनु कोल बिठा के दिल चौंदा है तेनु कोल बिठा के मैं दर्द पुरा छेड़ा सावन सुतड़ी लुत्फ करो एक बार मैं बदकार कमीनी कुतड़ी मैं गल करना नहीं भी चाहता लेकिन मैं करना चाहता भी हूँ इब्तिदा च जिक्र होया ना बाबा जी रिज़वी साहब रहमतुल्लाह अलैह मेरी उन्होंने नाल जदों पहली मुलाकात हुई ना चीचा वतनी ते चीचा वतनी दे कुछ दोस्त सन नाल ते असी अजे महफिल च पहुंचे नहीं रात ही मैनूं कहिंदे ने कि अज बाबा जी दा उत्थे खिताब है ते शाह जी बाबा जी बड़े डरदे ने मैं कहा बिल्कुल डरदे नहीं हूँ दीन की गल करते हैं हक सच की गल करते हैं ते हक सच की गल डाढ़ी ही आती है हैं ते वो नहीं वो नाथ खाना नू भी ना मतलब सख्त गल करते ने ते मैं क्या करनी चाहिए ये उन्हों दा फर्ज बनता है हक बनता है कि जिथे देखना है थे इस्लाह होनी चाहिए ते काबिले इस्लाह गल होनी चाहिए ये उलमा दा हक के मतलब फर्ज है ते यानी कि वो मनु थोड़ा
ਕਹਿਣ ਲੱਗੇ ਕਿ ਸ਼ਾਹ ਜੀ ਤੁਸੀਂ ਜ਼ਰਾ ਇਹਤਿਆਤ ਕਰਨਾ। ਅਤੇ ਖੈਰ ਮੈਂ ਮਹਿਫਿਲ 'ਚ ਪਹੁੰਚਿਆ ਅਤੇ ਬਾਬਾ ਜੀ ਤਸ਼ੀ ਫਰਮਾ ਸਨ ਸਟੇਜ 'ਤੇ, ਅਤੇ ਮੈਂ ਪਹੁੰਚਿਆ, ਮੈਂ ਮਿਲਿਆ ਅਤੇ ਨਕੀਬੇ ਮਹਿਫਿਲ ਨੇ ਮੇਰਾ ਐਲਾਨ ਕੀਤਾ ਅਤੇ ਮੈਂ ਨਾਚ ਸ਼ਰੀਫ ਸ਼ੁਰੂ ਕੀਤੀ। ਅਤੇ ਮੈਂ ਇਕਬਾਲ ਨਾਤੀਆ ਕਲਾਮ ਸ਼ੁਰੂ ਕਰ ਦਿੱਤਾ, ਫਿਰ ਮੌਲਾਨਾ ਜਾਮੀ ਰਹਿਮਤੁੱਲਾ ਅਲੈਹ, ਮਤਲਬ ਬਜ਼ੁਰਗਾਂ ਦਾ ਕਲਾਮ ਅਲਹਮਦੁਲਿਲਾ ਅਸੀਂ ਪੜ੍ਹਦੇ ਹੀ ਜ਼ਿਆਦਾ ਬਜ਼ੁਰਗਾਂ ਦਾ ਕਲਾਮ। ਅਤੇ ਬਾਬਾ ਜੀ ਨੇ ਜਨਾਬ ਬੜਾ ਹੀ ਪਿਆਰ, ਬੜੀ ਸ਼ਫਕਤ ਔਰ ਬੜੀ ਹੌਸਲਾ ਅਫਜ਼ਾਈ ਫਰਮਾਈ। ਬਾਅਦ 'ਚ ਜਦੋਂ ਉਹਨਾਂ ਨੇ ਗੁਫ਼ਤਗੂ ਫਰਮਾਈ ਅਤੇ ਦੌਰਾਨ ਗੁਫ਼ਤਗੂ ਵੀ ਮੇਰੀ ਬੜੀ ਹੌਸਲਾ ਅਫਜ਼ਾਈ ਫਰਮਾਈ। ਅਤੇ ਕੁਝ ਦਿਨਾਂ ਬਾਅਦ ਨਾ ਮੈਨੂੰ ਕਾਲ ਆਈ, ਅਤੇ ਇੱਕ ਅਨਨੋਨ ਨੰਬਰ ਤੋਂ ਕਾਲ ਆਈ, ਮੈਂ ਚੁੱਕੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਸ਼ਾਹ ਜੀ ਤੁਸੀਂ 1 ਅਕਤੂਬਰ ਨੂੰ ਮੀਨਾਰੇ ਪਾਕਿਸਤਾਨ ਲਾਹੌਰ ਇੱਕ ਕਾਨਫਰੰਸ ਹੋ ਰਹੀ ਹੈ, ਤੁਸੀਂ ਆਉਣਾ। ਅਤੇ ਮੈਂ ਕਿਹਾ ਜੀ ਮੈਂ ਆਪ ਕੌਣ ਗੱਲ ਕਰ ਰਹੇ ਹੋ? ਅਤੇ ਅੱਗੋਂ ਉਹਨਾਂ ਨੇ ਪਤਾ ਕੀ ਫਰਮਾਇਆ ਕਿ ਮੈਂ ਆਲੇ ਰਸੂਲ ਦਾ ਸੱਗ ਗੱਲ ਕਰ ਰਿਹਾ। ਅਤੇ ਖਾਦਮ ਰਿਜ਼ਵੀ ਪਿਆ ਬੋਲਦਾ, ਮੈਂ ਤਾਂ ਇੱਕਦਮ ਹੈਰਤ ਵੀ ਮੈਨੂੰ ਹੋਈ ਔਰ ਖੁਸ਼ੀ ਵੀ ਹੋਈ ਕਿ ਬਾਬਾ ਜੀ ਦੀ ਕਾਲ ਮੈਨੂੰ ਆ ਗਈ ਹੈ। ਅਤੇ ਮੈਂ ਅਰਜ਼ ਕੀਤੀ, ਮੈਂ ਕਿਹਾ ਕਿਬਲਾ ਮੈਂ ਇਨਸ਼ਾਅੱਲਾ ਪੂਰੀ ਕੋਸ਼ਿਸ਼ ਕਰਾਂਗਾ, ਲੇਕਿਨ ਇਹ ਕਿ ਮੇਰਾ ਆਲਰੇਡੀ ਜਗ੍ਹਾ ਵੱਧ ਹੈ ਇੱਥੇ। ਫਾਲੀਆ ਪੀਰ ਯਾਕੂਬ ਸ਼ਾਹ ਸਾਹਿਬ ਰਹਿਮਤੁੱਲਾ ਅਲੈਹ, 1 ਅਕਤੂਬਰ ਨੂੰ ਉਹਨਾਂ ਦਾ ਵੀ ਸਾਲਾਨਾ ਉਰਸ ਆਉਂਦਾ, ਅਤੇ ਮੈਂ ਉੱਥੇ ਵਾਅਦਾ ਕੀਤਾ ਹੋਇਆ ਸੀ। ਅਤੇ ਮੈਂ ਅਰਜ਼ ਕੀਤੀ ਜੀ ਮੈਂ ਆਪ ਦੁਆ ਫਰਮਾਉਣਾ ਕਿ ਮੈਂ ਜਲਦੀ ਉੱਥੋਂ ਵੇਲੇ ਸਿਰ ਫਰੀ ਹੋ ਜਾਵਾਂ ਅਤੇ ਮੈਂ ਜ਼ਰੂਰ ਹਾਜ਼ਰ ਹੋਵਾਂਗਾ। ਆਪ ਦੀ ਮੈਨੂੰ ਕਾਲ ਆਈ ਅਤੇ ਮੇਰਾ ਇਜ਼ਾਜ਼ ਹੈ। ਅਤੇ ਬਹਰਹਾਲ ਫਿਰ ਉਹਦੇ ਬਾਅਦ ਵੀ ਕਾਫੀ ਜਗ੍ਹਾ ਮੁਲਾਕਾਤਾਂ ਹੁੰਦੀਆਂ ਰਹੀਆਂ ਅਤੇ ਆਪ ਨੇ ਹਮੇਸ਼ਾ ਬੜੀ ਸ਼ਰਕਤ ਫਰਮਾਈ ਹਮੇਸ਼ਾ। ਅਤੇ ਅੱਲਾਹ ਕਰੀਮ ਉਹਨਾਂ ਦੇ ਮਜ਼ੀਦ 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 ਦਰਜਾਤ ਬੁਲੰਦ ਫਰਮਾਏ। ਔਰ ਜੋ ਉਹ ਇੱਕ ਬੀਜ ਬੋ ਗਏ ਨੇ ਨਾ ਕਿ ਨਾਮੂਸੇ ਰਿਸਾਲਤ 'ਤੇ ਕਿਸ ਤਰ੍ਹਾਂ ਪਹਿਰਾ ਦੇਣਾ, ਅੱਲਾਹ ਕਰੀਮ ਇਹ ਸਿਲਸਿਲਾ ਤਾਂ ਕਿਆਮੇ ਕਿਆਮਤ ਜਾਰੀ ਉਸਾਰੀ ਫਰਮਾਏ। ਮੁੱਦਤਾਂ ਬੀਤ ਗਈਆਂ ਮੈਂ ਬਦਕਾਰ ਕਮੀਨੀ ਕੁੱਤੜੀ, ਅਜ਼ਲੋਂ ਦਰ ਤੇਰੇ ਤੇ ਸੁੱਤੜੀ, ਲੁਤਫ ਕਰੋ ਇੱਕ ਵਾਰ ਮੁੱਦਤਾਂ